ब्लैक करन लगी सी गड्डी रुकी आ इहदे कागज चेक कीते आ कागज हैगे आ तां हुण चलान करांगे कोर्ट वाला इधरले पासे भी नो एंट्री एग्जिट नूं लाया होया पर फिर भी कई लोग जनाब इत्थे जाण दी कोशिश करदे ने फिर उहनां वास्ते सख्ती किवें कीती जा रही है उहनां वास्ते ते जिहड़ा हुण आपां खड़े आ ਤੇ ਕੋਈ ਨਹੀਂ ਜਾਊਗਾ ਬਾਅਦ ਚ ਕੋਈ ਜਾਵੇ ਤਾਂ ਉਹਦੇ ਵਾਸਤੇ ਅੱਗੇ ਵੀ ਆਪਾਂ ਬਲਾਂ ਖੜੇ ਆ ਉੱਥੇ ਚਲਾਣ ਕਰਦੇ ਅਗਲੇ ਪਾਸੇ ਦੀ ਸੋ ਦੇਖ ਪਾ ਰਹੇ ਹੋ ਕਿ ਮੌਕੇ ਤੇ ਜਿਹੜੀ ਗੱਡੀਆਂ ਦੀਆਂ ਫਿਲਮਾਂ ਵੀ ਪਾੜੀਆਂ ਗਈਆਂ ਸੀਗੀਆਂ ਉਹ ਇੱਥੇ ਪਈਆਂ ਹੋਈਆਂ ਨੇ ਕਿਉਂਕਿ ਕਾਲੇ ਸ਼ੀਸ਼ੇ ਤਾਂ ਕਿਸੇ ਵੀ ਹਾਲਾਤ 'ਚ ਬਰਦਾਸ਼ਤ ਨਹੀਂ ਕੀਤੇ ਜਾਂਦੇ ਲੋਕ ਸਮਝਾਉਂਦੇ ਆ ਕਾਫੀ ਆਖੇ ਲੱਗ ਜਾਂਦੇ ਨੇ ਕੁਝ ਹੁੰਦੇ ਨੇ ਜਿਹੜੇ ਜ਼ਿਆਦਾ ਜ਼ਿੱਦ ਕਰਦੇ ਨੇ ਹਾਂਜੀ ਨੋਰਮਲੀ ਅਮੂਮਨ ਅੱਜ ਕਿੰਨੇ ਚਲਾਣ ਹੋਏ ਆ ਅਸੀਂ ਹੁਣ ਤੱਕ 20 ਚਲਾਣ ਕਰ ਚੁੱਕੇ ਆ ਠੀਕ ਹੈ ਵਿਦਆਊਟ ਹੈਲਮਟ ਦੇ ਨੰਬਰ ਪਲੇਟ ਦੇ ਤੇ ਸੀਟ ਬੈਲਟ ਆ ਠੀਕ ਹੈ ਲੁਧਿਆਣਾ ਟ੍ਰੈਫਿਕ ਪੁਲਿਸ ਹੁਣ ਸਖਤ ਹੈ ਸਤਰਕ ਹੈ ਜੀ ਹਾਂ ਇਹ ਉਦਾਹਰਨ ਦੇਖੋ ਮਿਲ ਸਕਦੀ ਹੈ ਇੱਕ ਆ ਗੱਡੀ ਰੋਕੀ ਗਈ ਹੈ ਤੇ ਗੱਡੀ ਦਾ ਹੁਣ ਮੌਕੇ ਤੇ ਅਫਸਰਾਂ ਵੱਲੋਂ ਚਲਾਨ ਭਰਿਆ ਜਾ ਰਿਹਾ ਚਲਾਨ ਕੀਤਾ ਜਾ ਰਿਹਾ ਹੈ ਕਾਲੇ ਸ਼ੀਸ਼ੇ ਵੀ ਗੱਡੀ ਦੇਖਣ ਨੂੰ ਮਿਲ ਰਹੇ ਨੇ ਤੇ ਦੇਖ ਸਕਦੇ ਹੋ ਕਿ ਹੁਣ ਮੌਕੇ ਤੇ ਹੀ ਪੁਲਿਸ ਮੁਲਾਜ਼ਮ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਹੋਇਆਂ ਚਲਾਨ ਭਰ ਰਿਹਾ ਗੱਲਬਾਤ ਕਰਦੇ ਹਾਂ ਤੇ ਜਾਣਾਂਗੇ ਕਿ ਕਿਸ ਦਿਨ ਚਲਾਨ ਹੋਇਆ ਕੀ ਮਾਮਲਾ ਹੋਇਆ ਜੈਨ ਜੀ ਜੈਨ ਸਰ ਕਿਸ ਦਿਨ ਹੋ ਚਲਾਨ ਹੋ ਰਿਹਾ ਜੀ ਸਾਰਾ ਇਹ ਬਲੈਕ ਫਿਲਮ ਲੱਗੀ ਸੀ ਗੱਡੀ ਰੋਕੀ ਆ ਇਹਦੇ ਕਾਗਜ਼ ਚੈੱਕ ਕੀਤੇ ਆ ਕਾਗਜ਼ ਹੈਗੇ ਆ ਤਾਂ ਹੁਣ ਚਲਾਨ ਕਰਾਂਗੇ ਜੀ ਕੋਰਟ ਵਾਲਾ ਠੀਕ ਹੈ ਜੀ ਹਾਂਜੀ ਤੇ ਨਾਲ ਥੋੜੇ ਬਗਲ ਕਰੀਏ ਜੀ ਇਧਰਲੇ ਪਾਸੇ ਵੀ ਨੋ ਐਂਟਰੀ ਐਗਜ਼ਿਟ ਨੂੰ ਲਾਇਆ ਹੋਇਆ ਪਰ ਫਿਰ ਵੀ ਕਈ ਲੋਕ ਜਨਾਬ ਇੱਥੋਂ ਜਾਣ ਦੀ ਕੋਸ਼ਿਸ਼ ਕਰਦੇ ਨੇ ਫਿਰ ਉਹਨਾਂ ਵਾਸਤੇ ਸਖਤੀ ਕਿਵੇਂ ਕੀਤੀ ਜਾ ਰਹੀ ਹੈ ਉਹਨਾਂ ਵਾਸਤੇ ਜਿਹਦਾ ਹੁਣ ਆਪਾਂ ਖੜੇ ਆ ਤੇ ਕੋਈ ਨਹੀਂ ਜਾਊਗਾ ਬਾਅਦ 'ਚ ਕੋਈ ਜਾਵੇ ਤਾਂ ਉਹਦੇ ਵਾਸਤੇ ਅੱਗੇ ਵੀ ਆਪਾਂ ਬਲਾਂ 'ਚ ਖੜੇ ਆ ਉੱਥੇ ਚਲਾਨ ਕਰਦੇ ਅਗਲੇ ਪਾਸੇ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਜਿਹੜਾ ਇੱਥੇ ਕੋਸ਼ਿਸ਼ ਕਰਦਾ ਉਹਦਾ ਚਲਾਨ ਕਰਦੇ ਜੀ ਬਿਲਕੁਲ ਹਾਂਜੀ ਸੋ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਨਿਭਾਉਂਦੇ ਹੋਏ ਆ ਤੇ ਨਾਲ ਦੇ ਨਾਲ ਕਈ ਟੂ ਵੀਲਰ ਵਗੈਰਾ ਵੀ ਰੋਕੇ ਹੋਏ ਨੇ ਜਿਹੜੇ ਗਲਤ ਜਿਹੜੀ ਨੋ ਐਂਟਰੀ ਹੈ ਉਹ ਪਸ ਜਾਣ ਨੂੰ ਕੋਸ਼ਿਸ਼ ਕਰਦੇ ਕਿਉਂਕਿ ਅੱਗੇ ਵੀ ਅਸੀਂ ਇੱਥੇ ਇੱਕ ਦੋ ਵਾਰ ਚੈੱਕ ਕੀਤਾ ਕਿ ਇੱਥੋਂ ਦੀ ਸਿਰਫ ਬਾਹਰ ਆਉਣ ਦਾ ਰਸਤਾ ਹੈ ਤਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਹਾਫ ਬਲੇ ਜਿਹੜਾ ਹਾਫ ਵੇ ਹੈ ਉਹ ਬਲੌਕ ਕੀਤਾ ਹੋਇਆ ਨੋ ਐਂਟਰੀ ਐਗਜ਼ਿਟ ਓਨਲੀ ਉੱਥੇ ਲਿਖਿਆ ਹੋਇਆ ਤੇ ਉਹ ਦੇਖ ਪਾ ਰਹੇ ਤੁਸੀਂ ਕਿ ਕਿਵੇਂ ਕਈ ਵਾਰ ਲੋਕ ਫਿਰ ਵੀ ਗਲਤ ਜਾਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਸਾਈਕਲ ਵਾਲੇ ਨੇ ਹੁਣ ਉਹ ਉੱਥੋਂ ਗਲਤ ਜਾਣ ਦੀ ਕੋਸ਼ਿਸ਼ ਕਰ ਰਹੇ ਆ ਜੋ ਕਿ ਉਹਨਾਂ ਵਾਸਤੇ ਹੀ ਖਤਰਨਾਕ ਹੈ ਸੋ ਦੇਖ ਪਾ ਰਹੇ ਹੋ ਕਿ ਇੱਧਰੋਂ ਸਿਰਫ ਬਾਹਰ ਆਉਣ ਦਾ ਰਸਤਾ ਹੈ ਉੱਧਰ ਨੂੰ ਜਾਣ ਦਾ ਰਸਤਾ ਨਹੀਂ ਹੈ ਪਰ ਫਿਰ ਵੀ ਕਈ ਵਾਰ ਕਈ ਲੋਕਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਰੂਲ ਤੋੜ ਕੇ ਉੱਪਰੋਂ ਦੀ ਉੱਧਰੋਂ ਦੀ ਨਾ ਘੁੰਮਣਾ ਪਵੇ ਪੱਖੋਵਾਲ ਰੋਡ ਤੋਂ ਆਪਣੇ ਸਹੀ ਐਂਟਰੀ ਪਾਸ ਜਾਣ ਵਾਸਤੇ ਪਰ ਕਈ ਲੋਕਾਂ ਵੱਲੋਂ ਫਿਰ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਤੋ ਦੇਖ ਸਕਦੇ ਹੋ ਕਿ ਕਈ ਵਾਰ ਲੋਕ ਇੱਥੋਂ ਹੋ ਕੇ ਮੁੜਦੇ ਆ ਜੇ ਉਹ ਦੇਖ ਸਕਦੇ ਹੋ ਬਾਈ ਜੀ ਮੁੜੇ ਆ ਤਾਂ ਬਿਲਕੁਲ ਕੋਸ਼ਿਸ਼ ਕਰਦੇ ਆ ਇੱਥੋਂ ਰੋਂਗ ਹੋਣ ਦੀ ਲੇਕਿਨ ਜਦੋਂ ਦੇਖਦੇ ਆ ਕਿ ਪੁਲਿਸ ਦੇ ਮੁਲਾਜ਼ਮ ਮੌਜੂਦ ਨੇ ਫਿਰ ਸ਼ਾਇਦ ਅਜਿਹੀ ਹਿਮਾਕਤ ਨਹੀਂ ਕਰਦੇ ਰੂਲ ਤੋੜਨ ਦੀ ਕੋਸ਼ਿਸ਼ ਨਹੀਂ ਕਰਦੇ ਪਰ ਹੁਣ ਸਮੇਂ ਦੀ ਮੰਗ ਦੇ ਅਨੁਸਾਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਲੱਗ ਅਲੱਗ ਗੱਡੀਆਂ ਅਲੱਗ ਅਲੱਗ ਜੋ ਟੂ ਵੀਲਰ ਨੇ ਉਹ ਵੀ ਰੋਕੇ ਗਏ ਮੁਲਾਜ਼ਮਾਂ ਵੱਲੋਂ ਕਿਉਂਕਿ ਹੁਣ ਪੈਨੀ ਨਜ਼ਰ ਦੇ ਨਾਲ ਪੁਲਿਸ ਆਪਣੀ ਡਿਊਟੀ ਨਿਭਾਉਂਦੀ ਹੈ ਤੇ ਆਹ ਦੇਖ ਸਕਦੇ ਹੋ ਜਿਨ੍ਹਾਂ ਦੇ ਨੰਬਰ ਪਲੇਟਾਂ ਵੀ ਹਾਈ ਸਕਿਉਰਟੀ ਨਹੀਂ ਲੱਗੀਆਂ ਹੋਈਆਂ ਸਰਕਾਰਾਂ ਵੱਲੋਂ ਕਈ ਕਈ ਵਾਰ ਕਹਿਣ ਦੇ ਬਾਵਜੂਦ ਤੇ ਪਲੇਟਾਂ ਵੀ ਕੁਝ ਖਰਾਬ ਹੋਈਆਂ ਹੋਈਆਂ ਨੇ ਤੇ ਇਹਦਾ ਹੁਣ ਦਰੁਸਤ ਨਹੀਂ ਕੀਤਾ ਜਾਂਦਾ ਆਪਕਾ ਇਹ ਵਾਲਾ ਐਕਟਿਵਾ ਆ ਜਾਓ ਪਾਸ ਆ ਜਾਓ ਕੋਈ ਬਾਤ ਨਹੀਂ ਆ ਜਾਓ ਆ ਜਾਓ ਆਪਨੇ ਹਾਈ ਸਕਿਉਰਟੀ ਨੰਬਰ ਪਲੇਟ ਛੋਟੇ ਭਾਈ ਕਿਉਂ ਨਹੀਂ ਲਗਵਾਈ ਹੋਈ ਆਪਨੇ ਸਰ ਇਹ ਆਪ ਇਸ ਨੂੰ ਇਸਤੇਮਾਲ ਕਰਤੇ ਹੈ ਨਾ ਇਹ ਤਾਂ ਸਰ ਓਨਰ ਕੋ ਪਤਾ ਸਰ ਲਗਵਾਇਆ ਹੁਆ ਸਰ ਇਹ ਤਾਂ ਮਾਲਿਕ ਹੀ ਹੈ ਮੇਰੀ ਨਹੀਂ ਜੀ ਤੋ ਆਪਨੇ ਮਾਲਿਕ ਕੋ ਕਭੀ ਬੋਲਾ ਨਹੀਂ ਹੈ ਕਿ ਹਮ ਸੜਕ ਪਰ ਜਾਤੇ ਹੈ ਪੁਲਿਸ ਮੁਲਾਜ਼ਮ ਵਾਂ ਪਰ ਹੋਤੇ ਹਮਕੋ ਰੋਕ ਲੇਂਗੇ ਹਮਕੋ ਟੋਕ ਦੇਂਗੇ ਚਲਾਨ ਕਰ ਦੇਂਗੇ ਆਪ ਕਾਮ ਕਰਤੇ ਹੋ ਮਿਹਨਤ ਕਰਤੇ ਹੋ ਵੋ ਅੱਛੀ ਬਾਤ ਹੈ ਪਰ ਆਪ ਜੋ ਸਰ ਜੋ ਜੇ ਵਾਹਨ ਕੇ ਰੂਲ ਹੋਤੇ ਹੈ ਉਨਕੋ ਆਪ ਲੋਗ ਫੋਲੋ ਕਿਉਂ ਨਹੀਂ ਕਰਤੇ पता नहीं क्यों नहीं लगवाते सर अब चलान होगा अब मालिक आपको गुस्सा नहीं करेगा उसको खुशी मिलेगी नुकसान होगा ना सभी लोग काम क्यों करते हैं पैसा कमाने के लिए आप जो सारा सामान लेके जाते हो चलान होगा नुकसान होगा कौन जिम्मेवार है ऐसा क्यों करते हो आप सर गलती हो गई तो कितना कितने आप देख सकते हो कि जी हम कार्रवाई है ये होगी तो नंबर प्लेट का नंबर भी क्लीयर होना चाहिए इस तरह टैंपर्ड ना होया हो खराब ना होया हो सो देख पा रहे हो कि मौके पर ਜਿਹੜੀ ਗੱਡੀਆਂ ਦੀਆਂ ਫਿਲਮਾਂ ਵੀ ਪਾੜੀਆਂ ਗਈਆਂ ਸੀਗੀਆਂ ਉਹ ਇੱਥੇ ਪਈਆਂ ਹੋਈਆਂ ਨੇ ਕਿਉਂਕਿ ਕਾਲੇ ਸ਼ੀਸ਼ੇ ਤਾਂ ਕਿਸੇ ਵੀ ਹਾਲਾਤ 'ਚ ਬਰਦਾਸ਼ਤ ਨਹੀਂ ਕੀਤੇ ਜਾਂਦੇ ਸੋ ਆ ਬਲੈਕ ਫਿਲਮਿੰਗ ਇੱਥੇ ਦੇਖ ਸਕਦੇ ਹੋ ਪਈ ਹੋਈ ਹੈ ਤੇ ਮੌਕੇ ਤੇ ਮੌਜੂਦ ਜਿਹੜੇ ਅਫਸਰ ਸਾਹਿਬਾਨ ਨੇ ਉਹ ਪੈਣੀ ਨਜ਼ਰ ਰੱਖਦੇ ਆ ਧਿਆਨ ਰੱਖਦੇ ਆ ਕਿ ਕਿਸੇ ਵੀ ਕਿਸਮ ਦਾ ਕੋਈ ਵੀ ਰੂਲ ਬ੍ਰੇਕ ਨਾ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਕਾਨੂੰਨ ਨਾਲ ਖਿਲਵਾੜ ਨਾ ਕੀਤਾ ਜਾਵੇ ਸੋ ਫਿਰ ਵੀ ਕਈ ਵਾਰ ਕੁਝ ਲੋਕ ਕੋਸ਼ਿਸ਼ ਜ਼ਰੂਰ ਕਰਦੇ ਆ ਰੂਲ ਤੋੜਨ ਦੀ ਗਲਤ ਆਉਣ ਦੀ ਲੇਕਿਨ ਫਿਰ
पुलिस का कहें खड़ी का रोह भी बड़ा होंगे दबदबा बड़ा होंगे फिर शायद आप ही हट जाते हैं। सो असी भी यही कोशिश करांगे तुहानू यही सुनेहा देवांगे कि ट्रैफिक रूलों की पालना ना करो क्योंकि ये रूल तुहाड़ी सुरक्षा वास्ते ही बनाए जाते हैं ताकि तुसी काम कार करके सवेर तो शाम तक मेहनत करते हो तो रात को अपने परिवार च सुखी सांदी सही सलामत जरूर पहुँच सको। इसे लैके अलग अलग रैंक के अधिकारी तुम देख सकते हो पुलिस मुलाजम सारी ट्रैफिक की व्यवस्था को ध्यान च रख रहे हैं ताकि किसी भी किस्म के नाल किसी को कोई औख ना आए औकड़ा ना आन ताकि इतों कोई गलत ना जाए गलत जान वाले देख सकते हो कि 10,000 का फाइन वो बोर्ड तक लगे हुए है क्योंकि ये जी अंडरपास एंट्री है रेलवे अंडरब्रिज तो ये वन साइड की एंट्री है तो इस एंट्री के कोल ही पुलिस की गड्डी इत्थे खड़ी हुई है ट्रैफिक के मुलाजम मौजूद ने तो जिहड़ा भी गलती करता उत्ते फिर बनती हुई कानूनी जिहड़ी कार्रवाई है वह भी की जाती है। जे गल करिए भाजी तो किन्ने क लोग आखे लगते हैं कहने के बावजूद गल करिए लोग समझाने काफ़ी आखे लग जाते हैं कुछ होंगे ने जिहड़े ज्यादा जिद करते हैं। हाँ जी नॉर्मली अमूमन अज किन्ने चलान होए आ असी हुण तक 20 चलान कर चुके हैं ठीक है विदाउट हैलमेट दे नंबर प्लेट दे ते सीट बेल्टा दे ठीक है। हाँ जी ते नाल दे नाल कुछ लोग समझदे आ कि अगे तो गलती नहीं हाँ जी हाँ जी पूरा महसूस करदे ने भी हाँ जो चलान हो जाता महसूस कर लैंदे ने फिर हाँ जी जदों जेब ते बोझ पैंदा है वित्तीय लॉस हुंदा है फिर कहिंदे माड़ा मोटा मन डोलदा हुंदा है। हाँ जी हाँ जी हाँ जी डोलदा। सो दर्शकों पुलिस वालों का भी कभी दिल नहीं करता हों तो नुकसान करन तो चलान करन लेकिन वह भी अपनी ड्यूटी बाउंड होंगे ने भी बन्ने होंगे ने कुछ रूलों असूलों के नाल पर फिर भी तुसी ध्यान रखना है कि बिल्कुल भी अजिही नौबत ना आन दो अजिही सिचुएशन पैदा ना होन दो कि तुहाडी जिहड़ी हार्ड अर्न्ड मनी है तुहाडी जिहड़ी कमाई है उहदा नुकसान होवे ते उह कितना किते तुहाडी जेब ते उस चीज़ का जिहड़ा वाधू बोझ है वह पवे। कैमरामैन अमित कुमार पाठक के नाल नवप्रीत सिंह बेदी लुधियाना लाइव न्यूज़।